ਤੁਸੀਂ KTV ਚੈਨਲ ਦੇ ਦਿਓ। ਮੈਂ ਹਾਂ ਤੁਹਾਡਾ ਆਪਣਾ ਸੁਰਜੀਤ ਸਿੰਘ ਗੋਰਾ। ਅੱਜ ਕਪੂਰਥਲਾ ਲਾਗੇ ਪਿੰਡ ਵਡਾਲਾ ਫਾਟਕ ਜਿੱਥੇ ਕਿ ਤੜਾਗੀਆ ਦਾ ਮੇਲਾ ਹਰੇ ਸਾਲ ਬਹੁਤ ਹੀ ਧੂਮਧਾਮ ਦੇ ਨਾਲ ਲੱਗਦਾ ਵਾ ਕਿ ਆਪਣੀ ਪੰਜਾਬ ਦੀ ਇੱਕ ਧਰਤੀ ਇਹੋ ਜਿਹੀ ਹੈ, ਗੁਰੂਆਂ ਅਤੇ ਪੀਰਾਂ ਦੀ ਧਰਤੀ ਆ ਅਤੇ ਵੱਧ ਚੜ੍ਹ ਕੇ ਇੱਥੇ ਮੇਲੇ ਮੱਸਿਆ ਕਿ ਲੋਕ ਬਹੁਤ ਹੀ ਵੱਧ ਤੋਂ ਵੱਧ ਲੰਗਰ ਵੀ ਲਾਉਂਦੇ ਆ। ਤੜਾਗੀਆਂ ਦਾ ਮੇਲਾ ਬਾਬੇ ਦੇ ਉੱਥੇ ਆਏ ਹਾਂ ਦਰਬਾਰ ਦੇ ਉੱਤੇ ਅਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਸੇਵਾਦਾਰ ਆਪਣੀਆਂ ਸੇਵਾ ਵੀ ਬਹੁਤ ਬਖੂਬੀਆਂ ਨਿਭਾਉਂਦੇ, ਲੱਖਾਂ ਦੀ ਕਤਾਰਾਂ ਦੇ ਨਾਲ ਇੱਥੇ ਸੰਗਤਾਂ ਆਈਆਂ ਹੋਈਆਂ ਅਤੇ ਆਹ ਮੈਂ ਤੁਹਾਨੂੰ ਗੁਰਦੁਆਰੇ ਦੇ ਅੰਦਰ ਦੇ ਦਰਸ਼ਨ ਕਰਾਉਂਦਾ ਅਤੇ ਸੰਗਤਾਂ ਦੇ ਰੂਬਰੂ ਕਰਾਉਂਦਾ। ਹੋ ਗਿਆ ਤੁਸੀਂ ਦੇਖ ਰਹੇ ਤੜਾਗੇ ਮੇਲੇ ਵਿੱਚ ਜਿਹੜੇ ਕਿ ਜੂੜਾ ਘਰ ਦੇ ਵਿੱਚ ਸੇਵਾ ਕਰ ਰਹੇ ਸੇਵਾਦਾਰ, ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬਾਬੇ, ਕੀ ਨਾਂ ਤੁਹਾਡਾ ਜੀ? ਸਰਦਾਰ ਬਲਵਿੰਦਰ ਸਿੰਘ ਜੀ। ਠੀਕ ਹੈ, ਤੁਸੀਂ ਕਿਹੜੇ ਪਿੰਡ ਇੱਥੇ ਲੋਕਲ ਹੀ ਆ ਜਾਂ? ਪਿੰਡ ਬੋਲੇ ਤੋਂ ਕਰਤਾਰਪੁਰ ਲਾਗੂ। ਠੀਕ ਹੈ, ਤੁਸੀਂ ਹਰੇ ਸਾਲ ਇੱਥੇ ਸੇਵਾ ਕਰਨ ਆਉਂਦੇ ਆ? ਹਾਂਜੀ, 10-11 ਸਾਲ ਹੋ ਗਏ ਜੀ। 10-11 ਸਾਲ ਹੋ ਗਏ ਤੁਹਾਨੂੰ ਇੱਥੇ। ਇਹ ਜਿਹੜਾ ਗੁਰਦੁਆਰਾ ਵਾ ਜੀ, ਇਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਸਾਨੂੰ ਕੀ ਜੀ? ਸੇਵਾਦਾਰ ਬਾਬਾ ਜੀ ਦੱਸ ਰਿਹਾ ਕਿ ਸਾਨੂੰ 10-11 ਸਾਲ ਹੋ ਗਿਆ ਇੱਥੇ, ਅਸੀਂ ਲਗਾਤਾਰ ਹੀ ਸੇਵਾ ਕਰਦੇ ਹਾਂ ਜੀ। ਜਦੋਂ ਮੇਲਾ ਹੁੰਦਾ ਉੱਥੇ ਆਉਂਦੇ ਹਾਂ, ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ। ਕਾਮਨਾ ਪੂਰੀਆਂ ਹੁੰਦੀਆਂ, ਬੱਚੇ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਵਾ। ਅਸੀਂ ਉਸ ਦਰਬਾਰ ਦੇ ਅੰਦਰ ਪਹੁੰਚ ਚੁੱਕੇ ਹਾਂ ਕਿ ਆਓ ਆਪਾਂ ਇੱਥੋਂ ਦੇ ਸੇਵਾਦਾਰਾਂ ਨੂੰ ਪੁੱਛੀਏ ਕਿ ਉਹ ਇਹਨਾਂ ਦੇ ਬਾਰੇ ਕੀ ਦੱਸ ਰਹੇ ਆ। ਹਾਂਜੀ ਬਾਬਾ ਜੀ, ਆਪਾਂ ਨੂੰ ਦੱਸਿਓ ਬਾਬਾ ਜੀ ਦੇ ਬਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਤੜਾਗੀਆਂ ਵਾਲਾ ਪਿੰਡ ਬਡਾਲੇ ਕਲਾਂ ਵਿੱਚ ਪੁਲ ਦੇ ਦੂਜੇ ਪਾਸੇ ਜਗ੍ਹਾ ਆ। ਇਹ ਬਹੁਤ ਚਿਰਾਂ ਤੋਂ ਸਾਡੇ ਬਾਬੇ ਦੀ ਸਿਰ ਤੋਂ ਅੱਗੋਂ ਦਾ ਮੇਲਾ ਲੱਗ ਰਿਹਾ। ਸਾਡੇ ਬਜ਼ੁਰਗ ਵੀ ਤੜਾਗੀਆਂ ਬੰਨਦੇ ਰਹੇ ਇੱਥੇ ਬੱਚਿਆਂ ਦੇ। ਇਸੇ ਤਰ੍ਹਾਂ ਰੀਲ ਚੱਲੀ ਆਉਂਦੀ ਆ, ਮੋਮਿਆਂ ਪੱਤੀਆਂ 'ਚੋਂ ਜਠੇਰੇ ਚੱਲੀ ਆ ਅਤੇ ਇਹ ਹੁਣ ਗੁਰਦੁਆਰਾ ਬਣ ਗਿਆ। ਬੜਾ ਇਤਿਹਾਸ ਸੀ, ਬਹੁਤ ਜ਼ਿਆਦਾ ਮੇਲਾ ਲੱਗਦਾ ਹਰ ਸਾਲ ਤੱਕ। ਜਿਹੜੀ ਹੜ੍ਹ ਵਿੱਚ ਮੱਸਿਆ ਆਉਂਦੀ ਆ, ਉਸ ਮੱਸਿਆ 'ਚੋਂ 10 ਦਿਨ ਮਗਰੋਂ ਮੇਲਾ ਆਉਂਦਾ, ਚਾਹੇ ਸਾਉਣ 'ਚ ਆ ਜਾਵੇ ਚਾਹੇ ਹੜ੍ਹ 'ਚ ਆ ਜਾਵੇ। ਛੋਟੇ ਛੋਟੇ ਬੱਚਿਆਂ ਦੇ ਜਦੋਂ ਜੋ ਕੋਈ ਮਰਜ਼ੀ ਸੁੱਖੇ, ਜੋ ਮਰਜ਼ੀ ਇੱਥੇ ਕਰੇ, ਸਾਰੀਆਂ ਕਾਮਨਾ ਪੂਰੀਆਂ ਹੁੰਦੀਆਂ। ਇਹ ਬਾਬੇ ਦਾ ਮੇਲਾ ਬਹੁਤ ਮਸ਼ਹੂਰ ਇਤਿਹਾਸ ਆ। ਕਵੀਸ਼ਰ ਢਾਡੀ ਕੱਲ੍ਹ ਦੇ ਦਿਨ 'ਚ ਭੋਗ ਪੈਂਦਾ ਅਖੰਡ ਪਾਠ ਸਾਹਿਬ ਜੀ ਦਾ, ਅੱਗੋਂ ਪਿੱਛੋਂ ਲੜੀਵਾਰ ਮਹੀਨਾ ਭਰ 2 ਮਹੀਨੇ ਪਾਠ ਚੱਲਦੇ ਆ ਹਰ ਸਾਲ ਦੀ ਤਰ੍ਹਾਂ। ਬਹੁਤ ਮਸ਼ਹੂਰ ਮੇਲਾ, ਹਰ ਇੱਕ ਤਰ੍ਹਾਂ ਦੇ ਮਨੋਰਥ ਪੂਰੇ ਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੜੀ ਪੂਰਨ ਜਗ੍ਹਾ ਆ, ਜਿਹੜਾ ਵੀ ਇਰਾਦਾ ਨਾਲ ਕੀਤੀ ਆ, ਦੇਸ਼ ਪ੍ਰਦੇਸ਼ ਵੀ ਸਹਾਇਤਾ ਕਰਦਾ। ਅਤੇ ਬਾਕੀ ਜੋ ਸੁੱਖਣਾ ਹਰ ਇੱਕ ਦੀ, ਬੱਚੇ ਦੀ, ਦੁੱਧ ਦੀ, ਪੁੱਤ ਦੀ, ਬਾਹਰ ਜਾਣ ਦੀ, ਹਰ ਇੱਕ ਦੀ ਸੁੱਖਣਾ ਦੀ ਪੂਰੀ ਹੁੰਦੀ ਹੈ। ਬੜੇ ਪੂਰਨ ਸਾਧੂ ਆ। ਹਾਂਜੀ, ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜੇ ਗੁਰਦੁਆਰੇ ਪ੍ਰਬੰਧਕ ਆ, ਉਹਨਾਂ ਨੇ ਵੀ ਦੱਸਿਆ ਕਿ ਇੱਥੋਂ ਦੁੱਧ, ਪੁੱਤ ਅਤੇ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਵਾ, ਕਿ ਕਦੀ ਵੀ ਕੋਈ ਇੱਥੋਂ ਗੁਰੂ ਘਰੋਂ ਖਾਲੀ ਨਹੀਂ ਗਿਆ ਹੈਗਾ। ਅਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਇੱਥੇ ਆਪਣੀਆਂ ਆਸਾਂ ਮੁਰਾਦਾਂ ਨਾਲ ਆਉਂਦੀਆਂ ਵਾ ਅਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ। ਸੁਰਜੀਤ ਸਿੰਘ ਗੋਰਾ।
अज असी खूनदान कर रहे हैं तरागियां दे मेले दे बाबा तरागियां वाले दे आपा यूथ ब्लड ऑर्गनाइजेशन वालों ब्लड का कैंप लाया होया। मैं सारे वीरां नूं आही कहना चाहुंदा वा कि तुसी सारे जणे एक बार आओ ते ब्लड का कैंप इत्थे ब्लड दे विच योगदान जरूर दवो सारे जणे प्लीज़।